बार बार गल बदलाव दी हुंदी है, बदलाव हुण आपां सारी दुनिया देख रहे, मुलाजमान ने भी वोटां पाईआं उह भी बदलाव देख रहे ने। जेड़ी जगह तो इन्होंने मुलाजमान ने स्वागत किया सी उसी जगह ते हुण मुलाजम विरोध करन जा रहे ने। हुण सानू बड़ियां डांगा भी दिखा दो जिहड़ियां तैयार करी बैठे। बिलकुल जी बिलकुल, इह डांगा जिहड़ी है खैर दबदे नहीं डांगा तो, पर साडा नहीं लगदा तो कहंदे साहब सरकार नाल सिद्धा। देखो इन्ने साल हो गए सरकारां नाल भिड़दियां नूं डांगा खांदियां नूं, हुण ते साडे जिहड़े मौर आ साडी चमड़ी भी पक्की हो गई है डांगा खा के, इहो जिहे डांगा दी कोई गल नहीं। पर असीं उहनां नूं चेतावनी देणी है, देणा चाहुंदे आ कि हुण इक बदलाव होर आणा। भाई साहब पमान साहब ਤੁਸੀਂ ਕਿਹਾ ਸੀ ਜਿਹੜਾ ਹੈਗਾ ਬਦਲਾਵ ਲਿਆਵਾਂਗੇ, ਹੁਣ ਅਸੀਂ ਇੱਕ ਬਦਲਾਵ ਹੋਰ ਲਿਆਣਾ। ਸੋ ਉਹ ਬਦਲਾਵ ਲਈ ਤਿਆਰ ਰਹੋ, ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ, ਉਹਨਾਂ ਦੇ ਵਿੱਚ ਪਤਾ ਹੈ ਨਹੀਂ ਕਿਹੜਾ ਬੱਚਾ ਘਰ ਕਰ ਗਿਆ, ਕਿਹੜੇ ਬੱਚੇ ਦੀ ਆਤਮਾ ਆ ਗਈ, ਨਿਆਣਿਆਂ ਨੂੰ ਜਿੱਦ ਮੈਂ ਨਹੀਂ ਜਾ ਕਰ ਲਓ ਜੋ ਕਰਨਾ, ਮੈਂ ਤੁਹਾਨੂੰ ਦੇਖ ਲੂੰਗਾ, ਮੈਂ ਸੀਐਮ, ਮੈਂ ਪਾਵਰ, ਮੈਂ ਸੀਐਮ, ਮੈਂ ਤੁਹਾਨੂੰ ਦੇਖ ਲੂੰਗਾ, ਤੁਸੀਂ ਮੇਰਾ ਕੀ ਵਿਗਾੜ ਲਓਗੇ। ਉਹਦੀ ਇੱਕੋ ਹੀ ਗੱਲ ਆ, ਉਹਨਾਂ ਕੋਈ ਗੱਲ ਨਹੀਂ ਮਾਨ ਸਾਹਿਬ, ਵਿਗਾੜਨ ਦਾ ਟਾਈਮ ਆ, ਅਸੀਂ ਵਿਗਾੜਾਂਗੇ। ਉਸ ਤੋਂ ਬਾਅਦ ਪੈਨਸ਼ਨ ਬਹਾਲ ਕੀਤੀ ਜਾਵੇ, ਜਿਹੜਾ ਪਿਛਲੇ ਸਾਲ ਵਿੱਤ ਮੰਤਰੀ ਸਾਹਿਬ ਨੇ ਇੱਕ ਬਿਆਨ ਦੇ ਕੇ ਸਾਨੂੰ ਕਿਹਾ ਵੀ ਇਹ ਪੈਨਸ਼ਨ ਬਹਾਲ ਕਰ ਦਿੱਤੀ, ਪਰ ਹਜੇ ਤੱਕ ਪੈਨਸ਼ਨ ਬਹਾਲ ਨਹੀਂ ਹੋਈ। ਅਸੀਂ ਚਾਹੁੰਦੇ ਹਾਂ ਜਿਹੜੇ ਮੁਲਾਜ਼ਮ 2004 ਤੋਂ ਬਾਅਦ ਆਏ ਆ, ਉਹਨਾਂ ਦੀ ਮੁੜ ਤੋਂ ਪੈਨਸ਼ਨ ਬਹਾਲ ਹੋਵੇ। ਦੂਜੀ ਮੰਗ ਸਾਡੀ ਹੈਗੀ ਹੈ DA ਦੀ, ਵੀ DA ਸਾਲ 'ਚ 2 ਵਾਰੀ ਮਿਲਦਾ, ਸਾਨੂੰ ਤਾਂ ਕਿੰਨੇ ਸਾਲ ਹੋ ਗਏ DA ਨਹੀਂ ਮਿਲਿਆ। ਆਉਣ ਵਾਲੀ ਪੀੜ੍ਹੀ ਦੇ DA ਦੇ ਲਫ਼ਜ਼ ਵੀ ਭੁੱਲ ਜਾਏਗੇ, DA ਹੁੰਦਾ ਕੀ ਹੈ। ਤੀਜੀ ਜਿਹੜਾ ਪੇ ਕਮਿਸ਼ਨ ਅਨੋਮਲੀਜ਼ ਹੈ, ਉਹ ਵੀ ਆਪਣੇ ਬਿਲਕੁਲ ਤਰੁੱਟੀਆਂ ਪਈਆਂ, ਜਿਹੜਾ 2016 ਬੈਚ ਦਾ ਉਹਨਾਂ ਨੂੰ ਵੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਉਹ ਵੀ ਮੰਗ ਨਹੀਂ ਹੈਗੀ। ਦੂਜੀ ਗੱਲ ਜਿਹੜੀ ਪ੍ਰਮੋਸ਼ਨਾਂ ਹੋ ਗਈਆਂ 4-9-14 ਹੋ ਗਈਆਂ, ਕੱਚੇ ਮੁਲਾਜ਼ਮ ਜਿਹੜੇ ਰੈਗੂਲਰ ਕਹਿੰਦੇ ਵੀ ਰੈਗੂਲਰ ਕਰਤੇ, ਹਜੇ ਤੱਕ ਪੱਕੇ ਨਹੀਂ ਕੀਤੇ। ਮਤਲਬ ਮੰਗਾਂ ਦਾ ਕਹਿੰਦੇ ਖਹਿਰਾ ਸਾਹਿਬ ਨੇ ਵੀ ਕਿਹਾ ਉਹ ਪੋਰਟਲੀ ਬਣ ਕੇ ਪਈ ਹੈ, ਬੈਠੋ ਤੇ ਆਓ, ਬੈਠੋ ਤੁਸੀਂ